बड़ी दुखी कहानी है, वेखलम दस दियो। ਉਹਨਾਂ ਦਿਨਾਂ ਦੀ ਗੱਲ ਜਦ ਮੈਂ ਅਤੇ ਮੇਰੇ ਯਾਰ ਵੇਲੀ ਬਹਿ ਕੇ ਬੜੇ ਸਕੂਨ ਨਾਲ ਗੱਪਾਂ ਮਾਰਦੇ ਸੀ ਅਤੇ ਮੇਰਾ ਯਾਰ ਮੈਨੂੰ ਕਹਿੰਦਾ ਚੀਮਿਆ, ਨਾ ਤਾਂ ਤੂੰ ਮੂੰਹ ਕੁਝ ਬਣਿਆ ਨਾ ਤੂੰ ਵੜਿਆ ਆ ਕੇ ਕੁਛ ਬਣਿਆ। ਮੈਨੂੰ ਬੜਾ ਰੋਣਾ ਆਇਆ ਦੀ ਗੱਲ ਸੁਣ ਕੇ। ਮੈਂ ਤੁਹਾਡਾ ਅੰਮਾ ਦੱਸਣਾ ਵਾ ਅੰਮਾ। ਕੁਛ ਨਹੀਂ ਹੁੰਦਾ, ਮੇਰਾ ਮੇਰੇ ਕੋ ਚਮਚ ਇੱਕ ਚੁੱਪ ਤੇ ਇਹ ਚਮਚ ਦੁਪਹਿਰ ਨੂੰ ਇੱਕ ਚਮਚ ਹੈ ਲਾਜ ਉਹ ਜਾ ਆਪਣਾ ਹੱਥ ਕੋ ਤੇ ਇੰਨਾ ਚਮਚਾ ਹੀ ਨਹੀਂ ਹੈ ਲਾਜ ਬੰਦੇ ਕਿੰਨਾ ਚਮਚਾ ਹੈ ਨਹੀਂ ਉਹਨੇ ਦਵਾਈਆਂ ਪਈਆਂ ਚੱਲਾ ਫਿਰ ਅੱਲਾ ਹਾਫਿਸ। ਕੈਸੇ ਕੈਸੇ ਲੋਕ ਰਹਤੇ ਹੈ ਯਾਰ ਯਹਾਂ ਪਰ। ਡਾਕਟਰ ਸਾਹਿਬ ਅਸਲਾਮ ਅਲੈਕਮ। ਵਾਲੇ ਡਾਕਟਰ ਸਾਹਿਬ ਮੈਂ ਸਾਨੂੰ ਸ਼ੀਸ਼ੇ ਚ ਵੇਖਦੇ ਮੈਨੂੰ ਆਪਣਾ ਨੂੰ ਨਜ਼ਰ ਆਉਂਦਾ ਹੈ ਤੇ ਵੱਡੇ ਨੂੰ ਮਾਰੀ ਦੋ ਟਿੱਕਰ ਲੱਗਦੇ। ਬਾਹਰ ਕੋਈ ਨਹੀਂ ਹੈ ਦਵਾਈ ਰੱਖ ਦੇਣਾ ਦਵਾਈ ਦੇ ਜੀ ਉਹਦੇ ਉਹਨੂੰ ਰਾਮ ਆ।
ਬੰਦਾ ਆਵੇ ਤੇ ਆਜ ਮੈਂ ਘਰ ਵੀ ਜਾਣਾ ਚਟਾਨ ਬਣ ਕੇ ਜਲਦੀ ਆਓ ਕੋਈ ਬੰਦਾ ਰਹਿੰਦਾ ਅਸਲ ਵਿੱਚ ਕੰਮ ਪਤਾ ਹੈ ਵਾਲੂ ਅੱਬੇ ਵੋ ਮਾਲੀ ਕੀ ਮਸਲਾ ਹੈ ਪਤਾ ਹੈ ਮੈਨੂੰ ਦੋ ਤਰੇ ਦਿਹਾੜੇ ਹੋ ਗਏ ਨੇ ਮੈਂ ਮੈਨੂੰ ਗਲਾ ਅੱਛਾ ਜੀ ਤੁਹਾਨੂੰ ਪ੍ਰੇਰ ਨਾ ਪਲਟੀ ਹੋਈ ਰਹੀ ਹਾਂ ਕਰੋ ਜੀ ਪਿਓ ਰਾਮ ਆਜ ਮਿਹਰਬਾਨੀ ਮੇਰੇ ਪਤਾ ਮੈਂ ਤਾਂ ਬੰਦਾ ਆ ਜੇ ਡਾਕਟਰ ਸਾਹਿਬ ਹੈ ਨਾ ਬੜੀ ਚੀਖਾ ਮਾਰਦਾ ਜੀ ਅੱਛਾ ਇਹਨੂੰ ਆਪਕੋ ਵੀਡੀਓ ਅੱਛੇ ਲੱਗੇ ਹੋ ਤਾਂ ਲਾਈਕ ਸ਼ੇਅਰ ਤੇ ਲਾਈਕ ਅਬੇ ਨਾ ਤੇ ਸ਼ੇਅਰ ਜੀ ਨਾ ਨਿਕਤਾ ਅਬੇ ਜੋ ਹੈ ਨਾ ਲੋਕੀ ਮਨ ਚਿਮਾ ਖਾਂਦੇ ਨੇ ਵਾ